ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਈਟੀਟੀ 5994 ਵੈਕੈਂਸੀਆਂ ਦਾ ਰਿਜ਼ਲਟ ਆਊਟ ਹੋਣ ਤੋਂ ਬਾਅਦ ਵਿਦਿਆਰਥੀ ਹੁਣ ਇਹੀ ਉਡੀਕ ਵਿੱਚ ਹਨ ਕਿ ਆਖਿਰਕਾਰ ਜਿਹੜੀ ਇਹਦੀ ਆਫੀਸ਼ੀਅਲ ਕੱਟ-ਆਫ ਹੈ ਉਹ ਕਦੋਂ ਤੱਕ ਆਉਣ ਦੀ ਪੌਸਿਬਿਲਿਟੀ ਰਹੇਗੀ ਠੀਕ ਹੈ ਇਸ ਤਰ੍ਹਾਂ ਕੱਟ-ਆਫ ਦੀਆਂ ਜਿਹੜੀਆਂ ਕਿੰਨੀਆਂ ਲਿਸਟਾਂ ਆ ਸਕਦੀਆਂ ਨੇ ਐਂਡ ਲਾਸਟ ਤੱਕ ਜਿਹੜੀ ਕੱਟ-ਆਫ ਹੈ ਉਹ ਕਿੱਥੋਂ ਤੱਕ ਰਹਿ ਸਕਦੀ ਹੈ ਇਸ ਤਰ੍ਹਾਂ ਉਹ ਜਿਹੜੀਆਂ ਪੋਸਟਾਂ ਡੀ ਰਿਜ਼ਰਵ ਹੁੰਦੀਆਂ ਨੇ ਉਹ ਕਿਵੇਂ ਹੋਣਗੀਆਂ ਤਾਂ ਇਸ ਵੀਡੀਓ ਵਿੱਚ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਇਸ ਕਰਕੇ ਵੀਡੀਓ ਦੇ ਤੁਸੀਂ ਐਂਡ ਤੱਕ ਬਣੇ ਰਹਿਣਾ ਹੈ ਬਾਕੀ ਜਿਹੜੇ ਵੀ ਸਟੂਡੈਂਟਸ ਆਪਣੇ ਇਸ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਨੈਕਸਟ ਵੀਡੀਓ ਅਪਲੋਡ ਹੁੰਦੀ ਹੈ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕੇ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ हां जी ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੋਸਟਾਂ ਦੇ ਰਿਜ਼ਰਵ ਦੀ ਸਭ ਤੋਂ ਪਹਿਲਾਂ ਕੀ ਹੈ ਜਦੋਂ ਆਪਣੀ ਕੱਟ ਆਫ ਆਊਟ ਹੋ ਜੇਗੀ ਆਫੀਸ਼ੀਅਲ ਕੱਟ ਆਫ ਤਾਂ ਉਸ ਤੋਂ ਬਾਅਦ ਇੱਕ ਲਿਸਟ ਜਾਰੀ ਕੀਤੀ ਜਾਵੇਗੀ ਜਿਹਦੇ ਵਿੱਚ ਜਿੰਨੀਆਂ-ਜਿੰਨੀਆਂ ਵੈਕੈਂਸੀਆਂ ਮੈਂਸ਼ਨ ਕੀਤੀਆਂ ਹੋਈਆਂ ਨੇ ਕੈਟਾਗਰੀ ਵਾਈਜ਼ ਤਾਂ ਉਹਨਾਂ ਬੱਚਿਆਂ ਨੂੰ ਯਾਨੀ ਕਿ ਡੇਡ ਗੁਣਾ ਬੱਚਿਆਂ ਨੂੰ ਬੁਲਾਇਆ ਜਾਵੇਗਾ ਜਦੋਂ ਬੱਚੇ ਨਹੀਂ ਪੂਰੇ ਹੁੰਦੇ ਜਿੱਦਾਂ ਕਿ ਐਕਸ ਸਰਵਿਸਮੈਨ ਦੇ ਬੱਚੇ ਪੂਰੇ ਨਹੀਂ ਹੁੰਦੇ ਇਸ ਤੋਂ ਇਲਾਵਾ ਐਸਸੀਐਮ ਵੀ ਕੈਟਾਗਰੀ ਦੇ ਵਿਦਿਆਰਥੀ ਹੋ ਗਏ ਸਪੋਰਟਸ ਕੋਟੇ ਦੇ ਵਿਦਿਆਰਥੀ ਹੋ ਗਏ ਤਾਂ ਇਹ ਬੱਚੇ ਕੰਪਲੀਟ ਨਹੀਂ ਹੁੰਦੇ ਤਾਂ ਉਹਨਾਂ ਪੋਸਟਾਂ ਨੂੰ ਫਿਰ ਡੀ ਰਿਜ਼ਰਵ ਕੀਤਾ ਜਾਂਦਾ ਖਾਸ ਕਰਕੇ ਤਿੰਨ ਕੈਟਾਗਰੀ ਦੇ ਵਿੱਚ ਡੀ ਰਿਜ਼ਰਵ ਕੀਤਾ ਜਾਂਦਾ ਇੱਕ ਜਰਨਾ ਕੈਟਾਗਰੀ ਇੱਕ ਐਸਸੀ ਆਰਓ ਤੇ ਇੱਕ ਪੋਬੀਸੀ ਕੈਟਾਗਰੀ ਕਿਉਂਕਿ ਇਹਨਾਂ ਕੈਟਾਗਰੀ ਦੇ ਵਿਦਿਆਰਥੀ ਬਹੁਤ ਜ਼ਿਆਦਾ ਹੁੰਦੇ ਨੇ ਇਸ ਕਰਕੇ ਇਹਨਾਂ ਕੈਟਾਗਰੀ ਦੇ ਵਿੱਚ ਜਿਹੜੀਆਂ ਪੋਸਟਾਂ ਹੋਣਗੀਆਂ ਉਹਨਾਂ ਨੂੰ ਡੀ ਰਿਜ਼ਰਵ ਕੀਤਾ ਜਾਵੇਗਾ ਐਂਡ ਪੋਸਟਾਂ ਨੂੰ ਫਿਲ ਕੀਤਾ ਜਾਵੇਗਾ ਇਸ ਤਰ੍ਹਾਂ ਕੁਝ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਪੋਸਟਾਂ ਸਾਨੂੰ ਪੂਰੀਆਂ ਮਿਲਣਗੀਆਂ ਜਾਂ ਤਿੰਨ ਇਹ ਜਿਹੜੀਆਂ ਫਰੈਸ਼ ਵੈਕੈਂਸੀਆਂ ਨੇ ਉਹਨਾਂ ਨੂੰ ਹੀ ਕੰਪਲੀਟ ਕੀਤਾ ਜਾਵੇਗਾ ਤਾਂ ਨੋਟੀਫਿਕੇਸ਼ਨ ਆਊਟ ਹੋਇਆ ਸੀ 9894 ਦਾ ਇਸ ਕਰਕੇ ਜਿਹੜੀ ਇਹ ਪ੍ਰਕਿਰਿਆ ਪੂਰੀ ਤੁਹਾਨੂੰ ਮਿਲੇਗੀ ਜਾਨੀ ਕਿ 9894 ਹੀ ਪੋਸਟਾਂ ਨੂੰ ਕੰਪਲੀਟ ਕੀਤਾ ਜਾਵੇਗਾ ਠੀਕ ਹੈ ਹੋ ਸਕਦਾ ਹੈ ਪਹਿਲਾਂ 3000 ਪੋਸਟਾਂ ਨੂੰ ਫਿਲ ਕੀਤਾ ਜਾਵੇ ਫਿਰ ਜਿਹੜੀਆਂ ਬੈਕਲੋਗ ਦੀਆਂ ਪੋਸਟਾਂ ਹੈ ਜਨਾ ਉਹਨਾਂ ਨੂੰ ਬਾਅਦ ਵਿੱਚ ਕੰਪਲੀਟ ਕੀਤਾ ਜਾਵੇ ਪਰ ਇਹ ਜਿਹੜੀ ਪ੍ਰਕਿਰਿਆ ਆਪਾਂ ਨੂੰ ਪੂਰੀ ਮਿਲੇਗੀ ਇਹ ਇਹ ਪ੍ਰਤੀ ਨੂੰ ਪੂਰਾ ਹੀ ਕੰਪਲੀਟ ਕੀਤਾ ਜਾਵੇਗਾ ਇਸ ਤਰ੍ਹਾਂਵਾ ਕੱਟ ਆਫ ਸੰਬੰਧੀ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਇੱਕ ਦੋ ਮੈਂ ਵੀਡੀਓ ਅਪਲੋਡ ਕੀਤੇ ਆ ਨੇ ਤਾਂ ਉਹਦੇ ਵਿੱਚ ਮੈਂ ਕੱਟ-ਆਫ ਸੰਬੰਧੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਕੱਟ-ਆਫ ਕਿਤੋਂ ਤੱਕ ਰਹਿਣ ਦੀ ਪੋਸਿਬਿਲਿਟੀ ਰਹੇਗੀ ਮੈਂ ਦੱਸਿਆ ਸੀਗਾ ਜੇਕਰ 52 ਤੁਹਾਡੇ ਨੰਬਰ ਹੈਗੇ ਨੇ ਐਸਆਰਓ ਕੈਟਾਗਰੀ ਦੇ ਵਿੱਚ ਠੀਕ ਹੈ ਐਸਆਰਓ ਕੈਟਾਗਰੀ ਦੇ ਵਿੱਚ ਤੁਸੀਂ ਇੱਕ ਉਮੀਦ ਰੱਖ ਸਕਦੇ ਹੋ ਇਸ ਤਰ੍ਹਾਂ ਵਾ ਐਸਆਈ ਜੇਕਰ ਆਪਾਂ ਓਬੀਸੀ ਕੈਟਾਗਰੀ ਦੀ ਗੱਲ ਕਰੀਏ ਓਬੀਸੀ ਕੈਟਾਗਰੀ ਦੀ ਤਾਂ ਜੇਕਰ ਤੁਹਾਡੇ 54 ਪਲੱਸ ਨੰਬਰ ਹੈਗੇ ਨੇ ਤਾਂ ਤੁਸੀਂ ਇੱਕ ਉਮੀਦ ਤੇ ਚੱਲ ਸਕਦੇ ਹੋ ਯਾਨੀ ਕਿ ਤੁਹਾਡਾ ਨੇਮ ਆ ਸਕਦਾ ਹੈ ਇਸ ਤਰ੍ਹਾਂ ਵਾ ਜੇਕਰ ਆਪਾਂ ਜਰਨ ਕੈਟਾਗਰੀ ਦੀ ਗੱਲ ਕਰੀਏ 58 ਦੇ ਕਰੀਬ ਜਿੱਕਰ ਤੁਹਾਡੇ ਨੰਬਰ ਨੇ ਤਾਂ ਤੁਸੀਂ ਸੇਫ ਜ਼ੋਨ ਦੇ ਵਿੱਚ ਹੈਗੇ ਹੋ 1 2 ਨੰਬਰ ਅੱਗੇ ਪਿੱਛੇ ਇਸ ਤੋਂ ਹੋ ਸਕਦੇ ਨੇ ਹੋ ਸਕਦਾ 1 2 ਨੰਬਰ ਇਸ ਤੋਂ ਬਾਅਦ ਮੈਰਿਟ ਜਾਵੇ ਜਾਂ 1 2 ਨੰਬਰ ਇਸ ਤੋਂ ਘੱਟ ਮੈਰਿਟ ਜਾਵੇ ਇਸ ਤਰ੍ਹਾਂ ਵਾ ਐਸ ਸੀ ਐਮ ਵੀ ਕੈਟਾਗਰੀ ਦੇ ਜਿਹੜੇ ਵਿਦਿਆਰਥੀ ਹੁੰਦੇ ਨੇ ਤਾਂ ਉਹਨਾਂ ਦੀ ਕੱਟਆਫ ਬਹੁਤ ਹੀ ਘੱਟ ਰਹਿੰਦੀ ਹੈ ਕਿਉਂਕਿ ਬੱਚੇ ਬਹੁਤ ਘੱਟ ਹੁੰਦੇ ਨੇ ਉਹਨਾਂ ਦੀ ਪੋਸਟਾਂ ਵੀ ਜਿਹੜੀਆਂ ਨੇ ਫਿਲ ਨਹੀਂ ਹੁੰਦੀਆਂ ਬਾਕੀ ਤੁਹਾਨੂੰ ਪਤਾ ਹੈ 2364 ਜਿਹੜੀ ਪਰਤੀ ਹੈਗੀ ਆ ਜੇਕਰ ਉਹ ਕੰਪਲੀਟ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਲਗਭਗ ਸਾਰੇ ਹੀ ਬੱਚਿਆਂ ਦੀ ਸਿਲੈਕਸ਼ਨ ਹੋ ਜਾਵੇਗੀ ਠੀਕ ਹੈ ਜੇਕਰ 2364 ਪਰਤੀ ਕੰਪਲੀਟ ਹੋ ਜਾਂਦੀ ਹੈ ਬਟ ਉਹਦੇ ਰਿਗਾਰਡਿੰਗ ਹਜੇ ਆਪਾਂ ਨੂੰ ਕੋਈ ਵੀ ਇਨਫੋਰਮੇਸ਼ਨ ਸਾਹਮਣੇ ਨਹੀਂ ਆ ਪਾਰੀ ਕਿ ਉਹ ਪਰਤੀ ਕੰਪਲੀਟ ਹੋਵੇਗੀ ਜਾਂ ਨਹੀਂ ਹੋਵੇਗੀ ਠੀਕ ਹੈ ਇਸ ਤਰ੍ਹਾਂ ਮੈਂ ਪੋਲ ਵੀ ਕਰਾ ਰਿਹਾ ਤਾਂ ਉਹਦੇ ਵਿੱਚ ਤੁਸੀਂ ਆਪਣੀ ਵੋਟ ਜਰੂਰ ਪਾਉਣੀ ਹੈ ਉਥੇ ਆਪਾਂ ਇਹ ਫਾਈਂਡ ਕਰ ਸਕਦੇ ਹਾਂ ਕਿ ਬੱਚਿਆਂ ਦੇ ਨੰਬਰ ਕਿੱਥੋਂ ਤੱਕ ਹੈਗੇ ਨੇ ਠੀਕ ਹੈ ਸਭ ਤੋਂ ਵੱਧ ਕਿਹੜੇ ਨੰਬਰ ਹੈਗੇ ਨੇ ਯਾਨੀ ਕਿ 55 ਪਲੱਸ ਵਾਲੇ ਵਿਦਿਆਰਥੀ ਸਭ ਤੋਂ ਵੱਧ ਨੇ 60 ਪਲੱਸ ਵਾਲੇ 70 ਪਲੱਸ ਵਾਲੇ ਜਾਂ 75 ਪਲੱਸ ਵਾਲੇ ਸਭ ਤੋਂ ਵੱਧ ਵਿਦਿਆਰਥੀ ਨੇ ਤਾਂ ਉਹ ਤੁਹਾਨੂੰ ਆਪਾਂ ਪਤਾ ਲਗਾ ਸਕਦੇ ਹਾਂ ਤਾਂ ਉਹਦੇ ਵਿੱਚ ਤੁਸੀਂ ਵੋਟ ਜ਼ਰੂਰ ਕਰਤੀਆਂ ਬਾਕੀ ਇੱਕ ਪੀਡੀਐਫ ਰੈਡੀ ਕੀਤੀ ਹੈ ਜਿਹਦੇ ਵਿੱਚ ਪੇਪਰ 1 ਦੇ ਅਲੱਗ ਨੰਬਰ ਮੈਂਸ਼ਨ ਕੀਤੇ ਹੋਏ ਨੇ ਐਂਡ ਪੇਪਰ 2 ਦੇ ਰੈਂਕ ਵਾਈਜ਼ ਅਲੱਗ ਅੰਗਰ ਨੰਬਰ ਜਿਹੜੇ ਮੈਂਸ਼ਨ ਕੀਤੇ ਹੋਏ ਨੇ ਉਹ ਤੁਹਾਨੂੰ ਪੀਡੀਐਫ ਮਿਲੇਗੀ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ ਟੈਲੀਗ੍ਰਾਮ ਚੈਨਲ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਾ ਦਿੱਤੀ ਗਈ ਹੈ ਠੀਕ ਹੈ ਉੱਥੇ ਤੁਸੀਂ ਵਿਜ਼ਿਟ ਕਰੋ ਉੱਥੇ ਤੁਹਾਨੂੰ ਉਹ ਜਿਹੜੀ ਆ ਲਿੰਕ ਮਿਲ ਜੀਗੀ ਤਾਂ ਜੁਆਇਨ ਕਰਨਾ ਹੈ ਟੈਲੀਗ੍ਰam ਚੈਨਲ ਨੂੰ ਤਾਂ ਉੱਥੇ ਤੁਸੀਂ ਪੀਡੀਐਫ ਨੂੰ ਵੀ ਡਾਊਨਲੋਡ ਕਰ ਸਕਦੇ ਜੀ ਠੀਕ ਹੈ ਤਾਂ ਉਹਦੇ ਵਿੱਚ ਰੈਂਕ ਵਾਈਜ਼ ਡਾਟਾ ਦਿੱਤਾ ਹੋਇਆ ਤਾਂ ਤੁਸੀਂ ਇੱਥੋਂ ਪਤਾ ਲਗਾ ਸਕਦੇ ਜੀ ਸਾਡਾ ਕਿੰਨਾ ਰੈਂਕ ਵਧ ਰਿਹਾ ਰੈਂਕ ਦੇ ਥਰੂ ਵੀ ਤੁਸੀਂ ਆਪਣਾ ਪਤਾ ਲਗਾ ਸਕਦੇ ਜੀ ਕਿ ਸਾਡੀ ਸਿਲੈਕਸ਼ਨ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਤੋਂ ਇਲਾਵਾ ਜੇਕਰ ਆਪਾਂ ਕੱਟ-ਆਫ ਦੀ ਗੱਲ ਕਰੀਏ ਆਫੀਸ਼ੀਅਲ ਕੱਟ-ਆਫ ਦੀ ਆਫੀਸ਼ਲ ਕੱਟ-ਆਫ ਇੱਕ ਵੀਕ ਤੱਕ ਆ ਜਾਏਗੀ ਯਾਨੀ ਕਿ ਇੱਕ ਵੀਕ ਤੱਕ ਜਿਹੜੀ ਆਪਾਂ ਨੂੰ ਕੱਟ-ਆਫ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਇੱਕ ਵੀਕ ਤੱਕ ਇੱਕ ਵੀਕ ਤੱਕ ਆਪਣੇ ਕੋਲ ਜਿਹੜੀ ਆਫੀਸ਼ਲ ਕੱਟ-ਆਫ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਪ੍ਰਕਿਰਤੀ ਹੈ ਅਗਸਤ ਮਹੀਨੇ ਦੇ ਵਿੱਚ ਕੰਪਲੀਟ ਹੋਣ ਦੀ ਪੌਸਿਬਿਲਿਟੀ ਰਹੇਗੀ ਜਾਂ ਹੋ ਸਕਦਾ ਹੈ ਜੁਲਾਈ ਦੇ ਲਾਸਟ ਤੱਕ ਤੁਹਾਨੂੰ ਡਾਕੂਮੈਂਟਸ ਵੈਰੀਫਿਕੇਸ਼ਨ ਦੇ ਲਈ ਬੁਲਾ ਲਿਆ ਜਾਵੇ ਬਟ ਅਗਸਤ ਵਿੱਚ ਜਿਹੜੀ ਪ੍ਰਕਿਰਤੀ ਹੈ ਕੰਪਲੀਟ ਹੋ ਜਾਵੇਗੀ ਫਸਟ ਜਿਹੜੀਆਂ ਲਿਸਟਾਂ ਜਾਰੀ ਹੋਣਗੀਆਂ ਤਾਂ ਉਹ ਜਿਹੜੀਆਂ ਮੈਂ ਵੈਕੈਂਸੀਆਂ ਹੋਣਗੀਆਂ ਉਹਦੇ ਵਿੱਚ ਤਾਂ ਉਹਨਾਂ ਨੂੰ ਕੰਪਲੀਟ ਕਰ ਦਿੱਤਾ ਜਾਵੇਗਾ। ਬਾਕੀ ਲਿਸਟਾਂ ਬਾਰੇ ਜੇਕਰ ਆਪਾਂ ਗੱਲ ਕਰੀਏ ਇੱਕ ਫਰਸਟ ਲਿਸਟ ਪਵੇਗੀ ਕੈਟਾਗਰੀ ਵਾਈਜ਼ ਜਿੰਨੀਆਂ ਜਿੰਨੀਆਂ ਵੈਕੈਂਸੀਆਂ ਹੋਣਗੀਆਂ ਉਹਨਾਂ ਦਾ 1.5 ਗੁਣਾ ਜਾਂ 2 ਗੁਣਾ ਬੱਚੇ ਬੜਾਏ ਜਾਣਗੇ। ਬਾਕੀ ਜਿਹੜੀਆਂ ਪੋਸਟਾਂ ਬਚਣਗੀਆਂ ਠੀਕ ਹੈ ਉਹਨਾਂ ਨੂੰ ਡੀ ਰਿਜ਼ਰਵ ਕਰਕੇ ਇੱਕ ਹੋਰ ਲਿਸਟ ਜਾਰੀ ਕੀਤੀ ਜਾਵੇਗੀ। ਤਾਂ ਉਹਦੇ ਵਿੱਚ ਲਗਭਗ-ਲਗਭਗ ਸਾਰੇ ਹੀ ਬੱਚੇ ਕੰਪਲੀਟ ਹੋਣਗੇ ਲਗਭਗ ਦੋ ਲਿਸਟਾਂ ਦੇ ਵਿੱਚ ਜਿਹੜੀ ਹੈ ਇਹ ਪ੍ਰਤੀ ਕੰਪਲੀਟ ਹੋ ਜਾਵੇਗੀ ਜੇਕਰ ਪੋਸਟਾਂ ਫਿਰ ਵੀ ਵਧਿਆ ਨਾ ਹੋ ਸਕਦਾ ਤੀਜੀ ਲਿਸਟ ਵੀ ਆਪਾਂ ਨੂੰ ਦੇਖਣ ਨੂੰ ਮਿਲ ਜੇ ਬਟ ਦੋ ਲਿਸਟਾਂ ਦੇ ਵਿੱਚ ਜਿਹੜੀ ਪ੍ਰਤੀ ਆ ਕੰਪਲੀਟ ਹੋ ਜਾਵੇਗੀ ਸੋ ਏਸੀ ਗਿੰਗ ਇਨਫੋਰਮੇਸ਼ਨ ਸੋ ਵੀਡੀਓ ਨੂੰ ਤੁਸੀਂ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰਨਾ ਜਿੰਨੇ ਵੀ ਤੁਹਾਡੇ WhatsApp ਗਰੁੱਪ ਨੇ ਜਾਂ ਕੋਈ ਵੀ ਤੁਹਾਡੇ ਕੋਲ Telegram ਗਰੁੱਪ ਹੈਗਾ ਸਟੱਡੀ ਦੇ ਰਿਗਾਰਡਿੰਗ ਤਾਂ ਇਸ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰਨਾ ਐਂਡ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਵੀ ਤੁਸੀਂ ਕਰਨਾ ਐਂਡ ਚੈਨਲ ਤੇ ਜੇਕਰ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ